ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਅੱਜ ਦਾ ਖਾਸ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀ ਜਿੰਨੇ ਵੀ ਜਸ ਪੰਜਾਬੀ ਨਾਲ ਜੁੜੇ ਨੇ ਔਰ ਗੱਲ ਅਸੀਂ ਅੱਜ ਕਰਨੀ ਆ ਸੁਲੀਵਾ ਦੀ ਜਿਵੇਂ ਕਿ ਅੱਜ ਦੇ ਦਿਨ ਅਕਸਰ ਕਰੀਦੀ ਆ ਸੁਲੀਵਾ ਸੋਲਰ એનર્ਜੀ ਫਾਰ एवरीवन ਸਾਰਿਆਂ ਵਾਸਤੇ ਇਹ ਖਾਸ ਤੌਰ ਤੇ ਅਸੀਂ ਜੇ ਗੱਲ ਕਰੀਏ ਅਮਰੀਕਾ ਦੇ ਵਿੱਚ ਇਹ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਦੇ ਵਿੱਚ ਇੱਕ ਐਸੀ ਸਟੇਟ ਹੈ ਕੈਲੀਫੋਰਨੀਆ ਹੈਗੀ ਆ ਅਮਰੀਕਾ ਦੀ ਜਿੱਥੇ ਕਿ ਸਭ ਤੋਂ ਸਰੀ ਸਟੇਟੇ ਨੂੰ ਕਿਹਾ ਜਾਂਦਾ ਕਹਿਣ ਤੋਂ ਪਹਿਲਾਂ ਵਾ ਸੂਰਜ ਜਿਹੜਾ ਸਭ ਤੋਂ ਵੱਧ ਸਮਾਂ ਆਪਣਾ ਇੱਥੇ ਬਤਾਉਂਦਾ ਹੈ ਬਾਕੀ ਸਟੇਟਾਂ ਵਿੱਚ ਵੀ ਹੋਏਗਾ ਬਾਕੀ ਮੁਲਕਾਂ ਦੇ ਵਿੱਚ ਵੀ ਹੋਏਗਾ ਪਰ ਸਾਨੂੰ ਅਸੀਂ ਇਹ ਸਮਝਦੇ ਹਾਂ ਅਮਰੀਕਾ ਦੀ ਅਗਰ ਗੱਲ ਕਰੀਏ ਸਭ ਤੋਂ ਵੱਧ ਸਮਾਂ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਲੇਟ ਸੂਰਜ ਆਉਂਦਾ ਹੈ ਤੇ ਸਭ ਤੋਂ ਲੇਟ ਹੀ ਛਿਪਦਾ ਹੈ ਪੂਰੀ ਦੁਨੀਆ 'ਚੋਂ ਫਿਰ ਸੂਰਜ ਦੇ ਲਾਹੇ ਲੈਣ ਵਾਸਤੇ ਅਸੀਂ ਅੱਜ ਗੱਲ ਕਰਾਂਗੇ ਹਮੇਸ਼ਾ ਕਰੀਦੀ ਆ ਕਿ ਸੂਰਜ ਦੀ ਰ ਦਾ ਕੋਈ ਫਾਇਦਾ ਨਹੀਂ ਕੋਈ ਖਰਚਾ ਨਹੀਂ ਹੈਗਾ ਸੂਰਜ ਸਾਡੇ ਕੋਲ ਕੋਈ ਉਹਦਾ ਬਿੱਲ ਨਹੀਂ ਭੇਜਦਾ ਬਿੱਲੀ ਵਾਲਿਆਂ ਵਾਂਗੂ ਪਰ ਉਹ ਫਰੀ ਸਾਨੂੰ ਰੋਸ਼ਨੀ ਦਿੰਦਾ ਤਾਂ ਉਹਦਾ ਫਾਇਦਾ ਕਿਵੇਂ ਲੈ ਸਕਦੇ ਆ ਇਹ ਦਸੀ ਦਾ ਸਲੀਵਾ ਸੋਲਰ એનર્ਜੀ ਜਿਹੜੀ ਆ ਇਹਦੇ ਤੋਂ ਸਾਡੇ ਨਾਲ ਜੁੜੇ ਨੇ ਵੈਸੇ ਕਈ ਵਾਰ ਅਮਦੇ ਕਾਜੀ ਸਾਹਿਬ ਜੁੜਦੇ ਰਹੇ ਤੇ ਅੱਜ ਜਸ ਔਲਖ ਸਾਹਿਬ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਕੋਲ ਪੁੱਛਦੇ ਆ ਕਿ ਅਸੀਂ ਹੋਰ ਕਿਵੇਂ ਲਾਹਾ ਲੈ ਸਕਦੇ ਆ ਸੋਲਰ એનર્ਜੀ ਦਾ ਜੀ ਜਸ ਔਲਖ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਦੀ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ तकरीबन ਕਾਫੀ ਧੀਰ ਬਾਅਦ ਕਈ ਵਾਰ ਆਪਸ ਸਕਾਈਪ ਤੇ ਕਰੀਦਾ ਸੀ ਪ੍ਰੋਗਰਾਮ ਕਈ ਵਾਰ ਬਾਹਰ ਜਾ ਕਰੀਦਾ ਸੀਗਾ ਜੀ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਤੇ ਦੂਜਾ ਧੰਨਵਾਦ ਦਰਸ਼ਕਾਂ ਵੱਲੋਂ ਵੀ ਕਰਦੀਆਂ ਲੋਕਾਂ ਵੱਲੋਂ ਵੀ ਕਰਦੇ ਆ ਜੀ ਜਿਨ੍ਹਾਂ ਨੂੰ ਆਪਾਂ ਤੁਸੀਂ ਆ ਕੇ ਸਾਡੇ ਸਟੂਡੀਓ ਦੇ ਵਿੱਚ ਹਮੇਸ਼ਾ ਅਵੇਅਰ ਕਰਦੇ ਹੋ ਹਮੇਸ਼ਾ ਇੱਕ ਵੱਖਰੀ ਤਰ੍ਹਾਂ ਦਾ ਉਹਨਾਂ ਨੂੰ ਹੌਸਲਾ ਦਿੰਦੇ ਹੋ ਜੀ ਉਹਨਾਂ ਨੂੰ એનર્ਜੀ ਮਿਲਦੀ ਇੱਕ ਕਿ ਅਸੀਂ ਆਹ ਕੰਮ ਵੀ ਕਰ ਸਕਦੇ ਆ ਜਿਹੜੇ ਕਿ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਸੀ ਸਾਡਾ ਕੰਮ ਹੀ એનર્ਜੀ ਦਾ ਹੈ ਜੀ ਹਾਂ ਕੰਮ ਹੀ એનર્ਜੀ ਦਾ ਤੇ ਚਾਹੇ ਬੰਦਿਆਂ ਨੂੰ ਦੇਣੀ ਹੋਵੇ ਤੇ ਚਾਹੇ એનર્ਜੀ ਦੇਣੀ ਹੋਵੇ ਜੀ 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 ਬਿਜਲੀ ਦੀ ਜੀ ਅੱਛਾ ਅਸੀਂ ਅਕਸਰ ਗੱਲ ਕਰਦੇ ਹਾਂ ਜਸਪਾ ਜੀ ਕੋਈ ਨਵੀਂ ਅਪਡੇਟ ਜਿਹੜੀ ਹੈਗੀ ਆ ਸੋਲਰ ਦੀ ਅਸੀਂ ਗੱਲ ਕਰੀਏ ਚਾਹੇ ਅਸੀਂ ਸੁਲੀਵਾ ਦੀ ਗੱਲ ਕਰੀਏ ਤੇ ਚਾਹੇ ਕੈਲੀਫੋਰਨੀਆ ਦੀ ਸਟੇਟ ਦੀ ਗਾਈਡਲਾਈਨ ਦੀ ਗੱਲ ਕਰੀਏ ਇਹਨਾਂ ਤਾਂ ਉਹ ਦੱਸ ਦਿਓ ਅਪਡੇਟ ਨਵੀਂ ਤਾਂ ਫਿਲਹਾਲ ਤਾਂ ਉਹੀ ਸਾਰਾ ਕੁਝ ਚੱਲ ਰਿਹਾ ਜੀ ਪਿਛਲੇ ਸਾਲ ਵਾਂਗੂ ਟੈਕਸ ਕ੍ਰੈਡਿਟ ਵੀ ਉਹੀ ਹੈ ਇਸ ਵੇਲੇ ਅਗਲੇ ਸਾਲ ਹੋ ਸਕਦਾ ਘਰ ਜਾਵੇ ਪਰ ਅਜੇ ਉਹ ਅਪਡੇਟ ਆਈ ਨਹੀਂ ਤੇ ਅਦਰਵਾਈਜ਼ ਜਿਹੜਾ ਆ ਬਿਜ਼ੀ ਹੋ ਗਿਆ ਆ ਜਿਹੜਾ ਆਪਣਾ ਮਾਰਕੀਟ ਖੁੱਲ ਗਈ ਹੈ ਕੰਮ ਵੀ ਬਿਜ਼ੀ ਹੋ ਗਿਆ ਹਾਂਜੀ ਸੋ ਤੁਹਾਡੇ ਨਾਲ ਜਿਹੜਾ ਆ ਉਹ ਮੇਲਾ ਵੀ ਬੜੇ ਦਿਨਾਂ ਬਾਅਦ ਹੋਇਆ ਮੈਨੂੰ ਲੱਗਦਾ ਦੋ ਤਿੰਨ ਮਹੀਨੇ ਹੋ ਗਏ ਹਾਂਜੀ ਵੈਸੇ ਮੇਲਾ ਹੁੰਦਾ ਰਹਿੰਦਾ ਸੀ ਦਰਸ਼ਕਾਂ ਵਾਸਤੇ ਜੀ ਜੀ ਬੜੀ دیر ਬਾਅਦ ਅੱਛਾ ਇੱਕ ਜਿਹੜੀ ਚੀਜ਼ ਨੋਟ ਕਰਨ ਵਾਲੀ ਹੁਣ ਪਿਛਲੇ ਦਿਨਾਂ ਤੋਂ ਆਈ ਹੈ ਖਾਸ ਤੌਰ ਤੇ ਕੋਵਿਡ ਦੌਰਾਨ ਜਾਂ ਹੁਣ ਕੋਵਿਡ ਤੋਂ ਬਾਅਦ ਜੀ ਸੋਲਰ ਦੀ ਡਿਮਾਂਡ ਬਹੁਤ ਵਧ ਗਈ ਹੈ ਬਿਲਕੁਲ ਵਦ ਸੋਲਰ ਦੀ ਡਿਮਾਂਡ ਵਧ ਗਈ ਹੈ ਤੇ ਇਹਦਾ ਕੀ ਇਫੈਕਟ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇਫੈਕਟ ਐਕਚੁਅਲੀ ਮਾਰਕੀਟ ਦੇ ਉੱਤੇ ਪੈ ਚੁੱਕਾ ਜੀ ਅੱਛਾ ਹਾਂ ਇਹਦਾ ਇਫੈਕਟ ਪੈ ਚੁੱਕਾ ਕਿਉਂਕਿ ਹਰ ਚੀਜ਼ ਜਿਹੜੀ ਹੈ ਉਹ ਸਪਲਾਈ ਡਿਮਾਂਡ ਵਾਲਾ ਚੱਕਰ ਜਿਹੜਾ ਜਿਵੇਂ ਤੁਸੀਂ ਵੇਖਿਆ ਮਹਿੰਗੀ ਹੋ ਗਈ ਹਰ ਚੀਜ਼ ਹਰ ਚੀਜ਼ ਮਹਿੰਗੀ ਹੋ ਗਈ ਲੱਕੜ ਦੀ ਗੱਲ ਕਹਿੰਦੇ ਵੀ ਜਿਹੜੀ 1.5 ਸਾਲ ਪਹਿਲਾਂ 300 ਰੁਪਏ ਡਾਲਰ ਨੂੰ ਸੀਗੀ ਤੇ ਉਹ ਤਾਂ 15-1600 ਡਾਲਰ ਨੂੰ ਹੋ ਗਈ। ਬੇ ਇਦਾਂ ਹੀ ਹੋ ਗਈ। ਸੋ ਹਰ ਚੀਜ਼ ਜਿਹੜੀ ਆ ਉਹ 35 ਤੋਂ 40% ਉਹਦੇ ਪ੍ਰਾਈਸ ਜਿਹੜੇ ਨੇ ਉਹ ਅੱਪ ਹੋ ਚੁੱਕੇ ਆ। ਜੀ। ਸੋ ਸੋਲਰ ਦਾ ਵੀ ਉਹੀ ਚੱਕਰ ਪੈ ਗਿਆ। ਇੰਸਟਾਲੇਸ਼ਨ ਲੇਟ ਹੋ ਰਹੀਆਂ ਨੇ। ਜਿਨ੍ਹਾਂ ਨੇ ਆਲਰੇਡੀ ਸਾਈਨ ਕੀਤੇ ਸੀ ਕੰਟਰੈਕਟ ਉਹ ਤਾਂ ਲਾਈਨ 'ਚ ਲੱਗੇ ਹੋਏ ਨੇ। ਪਰ ਸਮਾਨ ਜਿਹੜਾ ਆ ਉਹਦੀ ਡਿਲੀਵਰੀ ਉਹਦੇ ਵਿੱਚ ਫਰਕ ਪੈ ਗਿਆ। ਮਹਿੰਗਾਈ ਵਧ ਗਈ। ਦੇ ਉਹਦਾ ਟਾਈਮ ਜਿਆਦਾ ਜਿਹੜਾ ਅਲੱਗ-ਅਲੱਗ ਹੈ ਅੱਛਾ ਇਹਦੇ ਨਾਲ ਮਹਿੰਗਾਈ ਵਧਨ ਦੇ ਨਾਲ ਤੁਹਾਡੇ ਸੁਲੀਵਾ ਵਾਲਿਆਂ ਨੇ ਤੇ ਮੇਰੇ ਖਿਆਲ ਹਜੇ ਰੇਟ ਨਹੀਂ ਵਧਾਇਆ ਉਹੀ ਚੱਲਦੇ ਨੇ ਕਿਉਂਕਿ ਤੁਹਾਡੇ ਆਪਣਾ ਪ੍ਰੋਡਕਟ ਆ ਤੁਸੀਂ ਆਪ ਸਾਰਾ ਕੁਝ ਬਣਾਉਂਦੇ ਹੋ ਕਿਤੇ ਉਹ ਲੈ ਕੇ ਨਹੀਂ ਆਉਣਾ ਜਾਂ ਸੁਲੀਵਾ ਨੇ ਵੀ ਥੋੜਾ ਬਹੁਤ ਵਧਾਇਆ ਜੀ ਸਾਨੂੰ ਆਰਡਰ ਤੇ ਹੋ ਚੁੱਕਾ ਹੈ ਤੇ ਆਪਣਾ ਕੇ ਰੇਟ ਜਿਹੜੇ ਆ ਉਹ ਕਿਉਂਕਿ ਫਿਰ ਗੱਲ ਉਹੀ ਆ ਜਿਹੜੀ ਕੋ ਫਾਈਨਲ ਸਾਡੇ ਇੱਥੋਂ ਬੰਦੇ ਨੇ ਸਾਰਾ ਕੁਝ ਇੱਥੇ ਆ ਪਰ ਜਿਵੇਂ ਸਟੀਲ ਹੈ ਜਾਂ ਰੇਲਿੰਗ ਵਗੈਰਾ ਉਭਰ ਆਉਂਦੀ ਹੈ ਜੀ ਸੋ ਪਰ ਹੁਣ ਜਿਵੇਂ ਆਪਣੇ ਭਾਈਚਾਰੇ ਲਈ ਮੈਂ ਥੋੜਾ ਜਿਹਾ ਉਹ ਰੱਖਦਾ ਹੁੰਨਾ ਆਪਣੇ ਕੋਲ ਜਿਹੜਾ ਕੁਸ਼ਨ ਲਾ ਲੋ ਜੋ ਵੀ ਹੈ ਬਿਲਕੁਲ ਸੋ ਆਪਣੇ ਰੇਟ ਜਿਹੜੇ ਉਹ ਬਿਲਕੁਲ ਉਹੀ ਚੱਲ ਰਹੇ ਨੇ ਜਿਹੜੇ 6 ਮਹੀਨੇ ਪਹਿਲਾਂ ਸੀ ਸੇਮ ਉਹੀ ਰੇਟ ਜਿਹੜੇ ਅੱਜ ਵੀ ਮਿਲਣਗੇ ਜੀ ਤੇ ਇਹ ਹੁਣ ਜਿਵੇਂ ਅਸੀਂ ਗੱਲ ਕਰਦੇ ਸੀ ਘਰਾਂ ਦੀ ਵੀ ਕੀਮਤਾਂ ਵਧ ਗਈਆਂ ਤੇ ਹੁਣ ਉਹਨੂੰ ਠੱਲ ਪਾਉਣ ਵਾਸਤੇ ਜਿਵੇਂ ਕਹਿੰਦੇ ਗੱਡੀ ਜ਼ਿਆਦਾ ਗਰਮ ਹੋ ਜਾਂਦੀ ਤੇ ਫਿਰ ਰੇਡੀਏਟਰ ਚ ਪਾਣੀ ਪਉਣਾ ਪਿੰਡਾਂ ਰੁੱਕ ਕੇ ਖਿਟੇ ਮਾਰਨੇ ਪੈਂਦੇ ਖੜੇ ਤੇ ਇਹ ਜਿਹੜੀ ਮਹਿੰਗਾਈ ਹੈਗੀ ਆ ਸੁਲੀਵਾ ਦੀ ਮੈਂ ਅਸੀਂ ਗੱਲ ਕਰੀਏ ਸੋਲਰ ਦੀ ਗੱਲ ਕਰੀਏ ਜੀ ਜੀ ਸੁਲੀਵਾ ਚਲੋ ਪ੍ਰੋਵਾਈਡ ਕਰ ਦਿਆ ਸੋਲਰ ਦੀ ਗੱਲ ਕਰੀਏ ਤਾਂ ਸੋਲਰ ਜੇ ਬਾਕੀ ਸਮਾਨ ਮਹਿੰਗਾ ਹੋ ਰਿਹਾ ਤੇ ਇਹਦਾ ਮਤਲਬ ਜਿਹੜੀ ਟੈਕਸ ਡਿਡਕਟ ਹੈਗਾ ਵਾ ਜਾਂ ਟੈਕਸ ਜਿਹੜਾ ਮਿਲਦਾ ਫਾਇਦਾ ਮਿਲਦਾ ਟੈਕਸ ਦਾ ਉਹ ਵੀ ਆਉਣ ਵਾਲੇ ਸਮੇਂ ਚ ਵਧਾ ਸਕਦੀ ਹੈ ਗਵਰਨਮੈਂਟ ਘਾਟ ਕਟਾ ਸਕਦੀ ਹੈ ਰੇਸ਼ੋ ਅ ਅਜੇ ਤੱਕ ਤਾਂ ਘਟਦਾ ਆ ਜੀ ਮੈਂ ਕਿ ਹਰ ਸਾਲ ਜਿਹੜਾ ਘਟਾਉਂਦੇ ਰਹੇ ਪਰ ਹੁਣ ਹੋ ਸਕਦਾ ਹੈ ਗਵਰਨਮੈਂਟ ਵਿੱਚ ਚੇਂਜ ਹੋਈ ਹੈ ਸੋਲਰ એનર્ਜੀ ਨੂੰ ਜਿਹੜਾ ਐ ਐਪਰੀਸ਼ੀਏਟ ਕਰ ਰਿਹਾ ਹੈ ਹੋ ਸਕਦਾ ਵੱਧ ਜਾਵੇ ਪਰ ਪੱਕਾ ਕੋਈ ਨਹੀਂ ਜੀ ਨਹੀਂ ਤੇ ਫਿਰ ਹੋ ਸਕਦਾ ਇਹ 26% ਇਹੀ ਰਹਿ ਜਾਵੇ ਪਰ ਅਜੇ ਕੋਈ ਉਹ ਡਿਕਲੇਅਰ ਨਹੀਂ ਕੀਤਾ ਪਰ ਜਿਸ ਤਰ੍ਹਾਂ ਬਾਕੀ ਸਾਰੀ ਮਾਰਕੀਟ ਤੇ ਇਹਦਾ ਅਸਰ ਹੋਇਆ ਹੈ ਤੇ ਸੋਲਰ ਤੇ ਵੀ ਹੋਇਆ ਹੋਏਗਾ ਕਿਉਂਕਿ ਸੋਲਰ ਦਾ ਮੈਂ ਹੁਣ ਜਿਹੜੀ ਚੀਜ਼ ਨੋਟ ਕੀਤੀ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਲਗਭਗ ਚੋਂ ਦਾ ਆਪਾਂ ਪ੍ਰੋਗਰਾਮ ਕਰਨਾ ਸ਼ੁਰੂ ਕੀਤਾ ਹੈ ਜਾਂ ਜਦੋਂ ਬਾਹਰ ਅੰਦਰ ਜਾਂਦੇ ਆ ਬਿਲਕੁਲ ਤੇ ਲੋਕ ਸਾਡੇ ਕੋਲੋਂ ਵੀ ਪੁੱਛਦੇ ਆ ਹਾਂਜੀ ਕਿ ਵੀ ਕੀ ਅੱਛਾ ਸੋਲਰ ਲਵਾਉਣਾ ਚਾਹੀਦਾ ਨਹੀਂ ਲਵਾਉਣਾ ਚਾਹੀਦਾ ਤਾਂ ਸੋਲਰ ਦਾ ਕਿਉਂਕਿ ਪਹਿਲਾਂ ਘੱਟ ਗੱਲ ਹੁੰਦੀ ਸੀ ਹੁਣ ਕਾਫੀ ਗੱਲਬਾਤ ਪੰਜਾਬੀਆਂ ਦੇ ਵਿੱਚ ਹੁੰਦੀ ਆ ਇੱਕ ਦੂਜੇ ਨੂੰ ਲੋਕ ਪੁੱਛਦੇ ਨੇ ਜੇ ਚਾਰ ਬੰਦੇ ਕਿਤੇ ਇਕੱਠੇ ਹੋਏ ਆ ਨਾ ਜਿੱਦੇ ਜਿੱਥੇ ਹੋਰ ਗੱਲ ਚੱਲਦੀ ਹੈ ਪ੍ਰਕਾਸ਼ ਸਿੰਘ ਬਾਦਲ ਕਾਲੀਦਾਨ ਦੇ ਜਾਲ ਦੀ ਕੈਪਟਨ ਅਮਰਿੰਦਰ ਸਿੰਘ ਦੀ ਚੱਲਦੀ ਹੈ ਜੀ 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 ਤੇ ਉੱਥੇ ਵਿੱਚ ਇੱਕ ਅੱਧੀ ਗੱਲ ਨਾਲ ਇਹ ਵੀ ਜ਼ਰੂਰ ਹੁੰਦੀ ਹੈ ਜੀ ਸੋਲਰ ਦਾ ਕੀ ਪ੍ਰੋਣ ਤੁਸੀਂ ਲਵਾਇਆ ਬਿਲਕੁਲ ਜੀ ਜਿਹੜੀ ਇੰਨੀ ਡਿਮਾਂਡ ਵੱਧ ਰਹੀ ਹੈ ਤੇ ਉਹਦਾ ਤੁਹਾਡੀ ਕੰਪਨੀ ਤੇ ਮੇਰੇ ਖਿਆਲ ਕੋਈ ਅਸਰ ਨਹੀਂ ਤੁਹਾਡੀ ਜਿਹੜੀ ਹੁਣ ਸਰਵਿਸ ਦੀ ਗੱਲ ਕਰ ਲਈਏ ਜਾਂ ਨਵਾਂ ਸੋਲਰ ਸਿਸਟਮ ਲਗਾਉਣ ਦੀ ਗੱਲ ਕਰ ਲਈਏ ਤੇ ਉਹਨਾਂ ਕੀ ਟਾਈਮ ਲੱਗਦਾ ਜਾਂ ਥੋੜਾ ਬਹੁਤ ਵੱਧ ਲੱਗਣ ਲੱਗਾ ਆ ਵੇਖੋ ਇੱਕ ਗੱਲ ਤਾਂ ਹੈ ਕਿ ਅਸੀਂ ਬਿਜ਼ੀ ਬਹੁਤ ਹੋ ਗਏ ਆ ਪਿਛਲੇ ਕੁਝ ਸਮੇਂ ਤੋਂ ਜਦੋਂ ਦਾ ਇੱਕ ਕੋਵਿਡ ਆਇਆ ਹੋਇਆ ਕਿ ਆਪਣੀ ਲੋਕੀ ਜਿਹੜੇ ਜ਼ਿਆਦਾ ਸੰਗਤ ਘਰਾਂ ਤੋਂ ਕੰਮ ਕਰ ਰਹੀ ਹੈ ਹਰ ਵੇਲੇ ਹੁਣ ਗਰਮੀ ਆਉਂਨਾ ਏਸੀ ਵੀ ਚੱਲਦੇ ਨੇ ਉਹਦਾ ਬਿਜਲੀ ਦਾ ਬਿੱਲ ਜਿਹੜਾ ਉਹ ਵਧਣ ਲੱਗ ਗਿਆ ਜੀ ਸੋ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਗੱਲਬਾਤ ਹੋ ਰਹੀ ਹੈ ਅਰਥਾਂ ਦੇ ਉੱਤੇ ਸੋਲਰ ਦੀ ਗੱਲ ਚੱਲ ਰਹੀ ਜੀ ਉਹਦਾ ਇੱਕ ਕਾਰਨ ਵੀ ਹੈ ਬੱਚੇ ਘਰਾਂ ਦੇ ਵਿੱਚ ਨੇ ਸਕੂਲ ਨਹੀਂ ਲੱਗ ਰਿਹਾ ਉਹ ਬੱਚਿਆਂ ਨੇ ਤਾਂ ਏਸੀ ਚਲਾਉਣਾ ਹੈ ਸਾਰਾ ਕੁਝ ਹੈ ਲਾਈਟਾਂ ਜਗਨੀ ਉਹਦਾਂ ਬਿਜਲੀ ਦਾ ਬਿੱਲ ਜਿਹੜਾ ਵਧ ਰਿਹਾ ਸੋ ਡਿਮਾਂਡ ਜ਼ਰੂਰ ਵੱਧ ਚੁੱਕੀ ਆ ਬਿਜ਼ੀ ਵੀ ਹੋ ਚੁੱਕੀਆਂ ਪਰ ਸਾਡੇ ਕੋਲ ਜਿਹੜਾ ਪ੍ਰੋਡਕਟ ਹੈ ਸਾਡੇ ਆਪਣੇ ਪ੍ਰੋਡਕਟ ਦੀ ਸਾਡੇ ਕੋਲ ਕਮੀ ਨਹੀਂ ਹੈਗੀ ਸੋ ਮਤਲਬ ਕਿ ਹਾਂ ਸਿਟੀ ਵਾਲੇ ਜਿਹੜਾ ਥੋੜਾ ਬਹੁਤ ਟਾਈਮ ਲੈ ਲੈਂਦੇ ਨੇ ਜਾਂ ਪੀਜੀਐਨੀ ਦੇ ਉਹ ਇੱਕ ਵੱਖਰੀ ਗੱਲ ਹੈ ਪਰ ਸਾਡੇ ਵੱਲੋਂ ਡਿਲੇ ਵਾਲਾ ਜਿਹੜਾ ਆ ਉਹ ਬਿਲਕੁਲ ਕੋਈ ਹੈ ਨਹੀਂ ਜੀ ਜੀ ਤੇ ਅੱਛਾ ਨਾਲ ਦੀ ਨਾਲ ਅਗਰ ਅਸੀਂ ਗੱਲ ਕਰੀਏ ਤਾਂ ਕਾਫੀ ਜਿਹੜੇ ਜਿਨ੍ਹਾਂ ਨੇ ਲਵਾਏ ਨੇ ਜੀ ਉਹ ਵੀ ਆਪਣੀ ਟੈਸਟਮੋਨੀ ਦੇ ਕੇ ਗਏ ਨੇ ਬੋਲ ਕੇ ਗਏ ਸਹਿਮ ਭਾਜੀ ਬਿਲਕੁਲ ਬਿਲਕੁਲ ਜੀ ਜੀ ਗੋਲਡੀ ਆਲ ਕੋਈ ਸਾਰੇ ਦੱਸ ਦਿਆ ਉਹਨਾਂ ਨੇ ਹਾਂਜੀ ਤੇ ਇਹ ਜਿਹੜੇ ਹੈਗੇ ਆ ਜਿਹੜਾ ਇੱਕ ਅਕਸਰ ਬਾਰ ਬਾਰ ਹਰ ਬੰਦਾ ਗੱਲ ਕਰਦਾ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਪੁਆਇੰਟ ਹੈਗਾ ਜੀ ਬੈਸ ਤਾਂ ਬਹੁਤ ਸਾਰੇ ਨੇ ਜੀ ਜਿਹੜਾ ਬਿੱਲ ਟੋਟਲ 100% ਕਹਿੰਦੇ ਆਫਸੈਟ ਹੋ ਜਾਂਦਾ ਉਹ ਕੀ ਹੈ ਅ ਉਹਦਾ ਇਦਾਂ ਹੈ ਜੀ ਕਿ ਕਈ ਕੰਪਨੀਆਂ ਨੇ ਜਾਂ ਜਿਵੇਂ ਕੁਝ ਲੀਜ਼ ਦੀਆਂ ਆਪਸ਼ਨਸ ਹੁੰਦੀਆਂ ਨੇ ਉਹ 100% ਤੁਹਾਡਾ ਬਿਜਲੀ ਦਾ ਬਿੱਲ ਆਫਸੈਟ ਨਹੀਂ ਕਰਦੇ अच्छा वो कोई 72% ਕਰਦਾ ਕੋਈ 80 ਕੋਈ 60% ਪਰ ਐਕਚੁਅਲੀ ਫਾਇਦਾ ਤਾਂ ਇਹਦਾ ਤਾਂ ਹੀ ਆ ਕਿ ਜੇ ਤੁਹਾਡਾ ਬਿਜਲੀ ਦਾ ਬਿੱਲ ਸਾਰਾ ਆਫਸੈਟ ਹੋਵੇ ਤੁਹਾਨੂੰ ਬਿਜਲੀ ਵੱਲੋਂ ਕੋਈ ਬਿੱਲ ਨਾ ਆਵੇ ਜੀ ਜੀ ਸੋ ਉਹ ਹੈ ਕਿ 100% ਆਫਸੈਟ ਦਾ ਹੈ ਕਿ ਅਸੀਂ ਜਿਹੜਾ ਵੀ ਕੰਮ ਕਰਦੇ ਹਾਂ ਜੋ ਸੋਲਰ ਲਾਉਣੇ ਆ ਤੇ ਸਾਡੇ ਵੱਲੋਂ ਆ ਇਹ ਗਰੰਟੀ ਦਿੱਤੀ ਜਾਂਦੀ ਹੈ ਕਿ ਤੁਹਾਡਾ ਬਿਜਲੀ ਦਾ ਬਿੱਲ ਜਿਹੜਾ ਉਹ ਨਹੀਂ ਆਊਗਾ ਸੋ ਉਹਨੂੰ ਅਸੀਂ 100% ਆਫਸੈਟ ਕਰਕੇ ਸੋਲਰ ਦੇ ਉੱਤੇ ਕਰ ਦਿੰਦੇ ਜੀ ਕਨਵਰਟ ਕਰ ਦਿੰਦੇ ਇਹ ਬਹੁਤ ਵਧੀਆ ਗੱਲ ਆ ਜਿਵੇਂ ਏ ਆਈ ਐਨ ਡੀ ਦੀ ਇਸ ਗੱਲ ਕਰੀ ਇਥੇ ਬਹੁਤ ਵੱਡਾ ਪ੍ਰੋਜੈਕਟ ਲੱਗਿਆ ਸਾਡੇ ਦਰਸ਼ਕ ਦੇਖਦੇ ਵੀ ਨਹੀਂ ਰੋਜ਼ ਜੀ ਤੇ ਇਹ ਉਹਨਾਂ ਦਾ ਤਾਂ ਜੇ ਅਸੀਂ ਇੱਕ ਘਰ ਦਾ ਘਰ ਨੂੰ ਤੇ ਜਾਂ ਇਸ ਤਰ੍ਹਾਂ ਵੱਡੇ ਬਿਜ਼ਨਸ ਨੂੰ ਕੰਪੇਅਰ ਕਰੀਏ ਫਾਰਮ ਹਾਊਸ ਨੂੰ ਕੰਪੇਅਰ ਕਰੀਏ ਜੀ ਤੇ ਮੇਰਾ ਤਾਂ ਖਿਆਲ ਆ ਬਹੁਤ ਜ਼ਮੀਨ ਅਸਮਾਨ ਦਾ ਫਰਕ ਬਿੱਲ ਦਾ ਪੈ ਜਾਂਦਾ ਹੋਏਗਾ ਕਿਉਂਕਿ ਘਰਾਂ ਦੇ ਵਿੱਚ ਬੇਸ਼ੱਕ ਬਿੱਲ ਸੌਵਾਂ ਦੇ ਵਿੱਚ ਆਉਂਦਾ ਜੀ ਤੇ ਉਹ ਆਉਂਦਾ ਹੋਏਗਾ ਹਜ਼ਾਰਾਂ ਦੇ ਵਿੱਚ ਬਿਲਕੁਲ ਬਿਲਕੁਲ ਫਰਕ ਤਾਂ ਪੈਂਦਾ ਤੇ ਉਹ ਇੱਕ ਵਾਰੀ ਤਾਂ ਖਰਚਾ ਹੁੰਦਾ ਪਰ ਬਾਅਦ ਦੇ ਵਿੱਚ ਜਿਵੇਂ ਉਹ ਪਰਸਨਲ ਵੀ ਆਪਾਂ ਨੂੰ ਜਾਣਦੇ ਤੇ ਪਾਉਂਦੇ ਜਾਂਦੇ ਰਹਿੰਦੇ ਦੱਸਦੇ ਸੀ ਬਿਲਕੁਲ ਹੀ ਆਫਸੈਟ ਹੋ ਗਿਆ ਬਿਲਕੁਲ ਆਫਸੈਟ ਤੋਂ ਭਾਵ ਇਹ ਹੈ ਕਿ ਕੁਝ ਜਿਹੜਾ ਮੀਟਰ ਦਾ ਰੈਂਟ ਵਗੈਰਾ ਹੁੰਦਾ ਉਹ ਤਾਂ ਆਉਂਦਾ ਹੋਏਗਾ ਮੀਟਰ ਦਾ ਜਿਵੇਂ 10 ਰੈ residențial ਜਿਹੜੇ ਬਿੱਲ ਨੇ ਪੀਜੀਐਨੀ ਦੇ ਗ੍ਰਿਡ ਯੂਜ਼ ਕਰਦੇ ਆਪਾਂ ਉਹ ਤਾਂ 10 ਬਿੱਲ ਆਊਗਾ ਪੀਜੀਐਨੀ ਵੱਲੋਂ ਸਾਲ ਬਾਅਦ ਜੀ ਟ੍ਰੂਅਪ ਅਪ ਭੇਜਦੇ ਆ ਅਦਰਵਾਇਜ਼ ਪੀਜੀਐਨੀ ਦਾ ਬਿੱਲ ਆਉਂਦਾ ਕੋਈ ਚਾਂਸ ਬੰਦ ਦਾ ਕਿਉਂ ਕਿ ਆਉਣਾ ਹੀ ਨਹੀਂ ਚਾਹੀਦਾ ਜਦੋਂ ਤੁਸੀਂ ਸੋਲਰ ਤੇ ਚਲੇ ਗਏ ਹੋ ਫਿਰ ਬੀਜੀਐਨੀ ਦਾ ਬਿੱਲ ਕਿਉਂ ਆਵੇ ਬਿਲਕੁਲ 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 ਜੀ ਅੱਛਾ ਇੱਕ ਜਿਹੜਾ ਅਸੀਂ ਗੱਲ ਕਰਦੇ 30 ਸਾਲ ਦੀ ਗਰੰਟੀ ਪ੍ਰੋਡਕਸ਼ਨ ਦੀ ਜੀ ਅੱਛਾ ਮੰਨ ਲਓ ਅਸੀਂ ਵੈਸੇ ਗੱਲ ਕਰਦੇ ਕੋਈ ਤਾਰ ਤੂਰੀ ਹਿਲ ਜਾਂਦੀ ਹੈ ਜੀ ਤੇ ਸੋਲਰ ਕੰਮ ਕਰਨਾ ਬੰਦ ਕਰ ਜਾਂਦਾ ਉਹਦੀ ਸਰਵਿਸ ਨੂੰ ਚਲੋ ਦਿਹਾੜੀ ਡੰਗ ਲੱਗ ਜਾਂਦੀ ਕਿ ਬਿਲਕੁਲ ਤੇ ਫਿਰ ਜਿਹੜੀ ਬਿੱਲ ਬਿਜਲੀ ਹੈਗੀ ਆ ਹਾਂਜੀ ਤੇ ਉਹਦੇ ਤੇ ਚੱਲਦਾ ਰਹਿੰਦਾ ਸਾਰਾ ਕੁਝ ਕਿ ਨਹੀਂ ਹਾਂ ਬਿਜਲੀ ਤਾਂ ਤੁਹਾਡੇ ਘਰ ਦੇ ਵਿੱਚ ਰਹਿਣੀ ਰਹਿਣੀ ਹੈ ਜੀ 24 ਆਵਰ ਜੇ ਕਿਤੇ ਸਬਬ ਨਾਲ ਕੋਈ ਇਸ਼ੂ ਇਹਦਾ ਨਾ ਆ ਜਾਂਦਾ ਕਿ ਸੋਲਰ ਦਾ ਕੋਈ ਇਨਵਰਟਰ ਬੰਦ ਹੋ ਗਿਆ ਜਾਂ ਕੋਈ ਪ੍ਰੋਬਲਮ ਆ ਗਈ ਬਿਜਲੀ ਨਹੀਂ ਜਾ ਸਕਦੀ ਉਹ ਤੁਹਾਡੇ ਪੀਜੀਐਨੀ ਦੇ ਗ੍ਰਿਡ ਉੱਤੇ ਆ ਤੁਸੀਂ ਪੀਜੀਐਨੀ ਨੇ ਜਿਹੜਾ ਉਹ ਤੁਹਾਨੂੰ ਬਿਜਲੀ ਦੇ ਉਹਨੇ ਉਹਦੇ ਨਾਲ ਨਾਲ ਸ਼ਟ ਆ ਬਿਲਕੁਲ 100% ਜੀ ਜਿਵੇਂ ਅਸੀਂ ਗੱਲ ਕਰਦੇ ਹੁਣ ਜਨਰੇਟਰ ਦੀ ਹਾਂ ਬਿਲਕੁਲ ਜੇ ਲਾਈਟ ਆ ਗਈ ਤਾਂ ਆਪੇ ਬੰਦ ਹੋ ਜਾਂਦਾ ਆਪੇ ਬੰਦ ਹੋ ਜਾਂਦਾ ਬਸ ਉਹ ਹੀ ਚੱਲ ਜੇ ਕੋਈ ਇਸ਼ੂ ਆਵੇ ਤਾਂ ਪੀਜੀਐਨੀ ਨੇ ਬਿਜਲੀ ਤੇ ਜਿਹੜੀ 30 ਸਾਲ ਦੀ ਪ੍ਰੋਡਕਸ਼ਨ ਦੀ ਗਾਰੰਟੀ ਦੀ ਗੱਲ ਕਰਦੇ ਹਾਂ ਜੀ ਇਹ ਵੀ ਇੱਕ ਬੜਾ ਵੱਡਾ ਅਸੀਂ ਕਹਿ ਸਕਦੇ ਭੰਬਲ ਪੂਸ਼ਾ ਕਨਫਿਊਜ਼ਨ ਜੀ ਇਹ ਕੰਪਨ ਇਹ ਕਾਫੀ ਨਿੱਕੇ ਨਿੱਕੇ ਅੱਖਰਾਂ ਦੇ ਵਿੱਚ ਲਿਖ ਦਿੰਦੇ ਨੇ ਕੰਡੀਸ਼ਨਸ ਅਪਲਾਈ ਬਿਲਕੁਲ ਉੱਪਰ ਲਿਖਣ ਤੋਂ ਬਾਅਦ ਹੁਣ ਕੰਡੀਸ਼ਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਕੰਡੀਸ਼ਨਾਂ ਤਾਂ ਇਹ ਜਦੋਂ ਵਾਹ ਪਾਉਂਦਾ ਨਹੀਂ ਲੋਡ ਪਈ ਤਾਂ ਨਾ ਸੀ ਹਾਂ ਪਰ ਇਹ ਜਦੋਂ ਵਾਹ ਪਿਆ ਤਾਂ ਫਿਰ ਪਤਾ ਲੱਗਦਾ ਭਈ ਆਹਾ ਹਾ ਕੰਡੀਸ਼ਨਰ ਤਾਂ ਹੈਗੀਆਂ ਤਾਂ ਇਹ ਤਾਂ ਪੰਗਾ ਪੈਣਾ ਹੀ ਪੈਣਾ ਇਹ ਇੱਕ ਥੋੜੇ ਜਿਹਾ ਜ਼ਰੂਰ ਖੋਲ ਕੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਵੀ ਜਿਹੜੀ 30 ਸਾਲ ਦੀ ਅਸੀਂ ਇੱਕ ਤਾਂ ਮੈਨੂਫੈਕਚਰਿੰਗ ਗਾਰੰਟੀ ਵੀ ਤੇ ਪ੍ਰੋਡਕਸ਼ਨ ਗਾਰੰਟੀ ਵੀ ਆਮ ਜਿਹੜਾ ਲਿਖਦੇ ਨੇ ਮੈਨੂਫੈਕਚਰਿੰਗ ਗਾਰੰਟੀ ਲਿਖ ਦਿੰਦੇ ਨੇ ਹਾਂਜੀ ਬਿਲਕ ਤੁਹਾਡੀ ਸਲੀਵਾ ਵੱਲੋਂ ਕੀ ਖਾਸ ਆ ਇਹਦੇ ਬਾਰੇ ਅ ਇਹਦੇ ਵਿੱਚ ਜੱਗੀ ਜੀ ਇਦਾਂ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡਾ ਜਿਹੜਾ ਸੋਲਰ ਨਾਲ ਰਿਲੇਸ਼ਨ ਹੈ ਉਹ 30 ਸਾਲ ਦਾ ਰਾਈਟ ਕੋਈ 2-3 ਸਾਲ ਦੀ ਗੱਲ ਹੋਵੇ ਤੇ ਉਹ ਇੱਕ ਡਿਫਰੈਂਟ ਸਟੋਰੀ ਹੈ 30 ਸਾਲ ਦੇ ਤੇ ਆਮ ਕੰਪਨੀਆਂ ਜਿਹੜੀਆਂ ਨੇ ਉਹ ਦੇ ਦਿੰਦੀਆਂ ਨੇ ਕਿ ਓਕੇ ਸਾਡੀ ਪ੍ਰੋਡਕਟ ਦੀ ਗਾਰੰਟੀ ਹੈ ਜੀ ਰਾਈਟ ਪ੍ਰੋਡਕਟ ਦੀ ਗਾਰੰਟੀ ਇੱਕ ਵੱਖਰੀ ਗੱਲ ਹੈ ਪ੍ਰੋਡਕਟ ਨੂੰ ਕੁਝ ਨਹੀਂ ਹੋਣਾ ਜੀ ਮਸਲਾ ਇੱਥੇ ਆਉਂਦਾ ਹੈ ਕਿ ਉਹਦੀ ਪ੍ਰੋਡਕਸ਼ਨ ਜਿਹੜੀ ਹੈ ਉਹ 30 ਸਾਲ ਸਸਟੇਨ ਰਹੂਗੀ ਜੀ ਪ੍ਰੋਡਕਸ਼ਨ ਉਹਦੀ ਆਉਂਦੀ ਰਹੂਗੀ ਸੋ ਉਹ ਚੀਜ਼ ਨੂੰ ਦੋ ਵੱਖ-ਵੱਖਰੀਆਂ ਚੀਜ਼ਾਂ ਨੇ ਪਰਫਾਰਮੈਂਸ ਕਹਿ ਦਿੰਦੇ ਆ ਕਿ ਸੋਲਰ ਦੀ ਪਰਫਾਰਮੈਂਸ ਦੀ ਗਾਰੰਟੀ ਹੈ 30 ਸਾਲ ਦੀ ਸੋ ਪਰਫਾਰਮੈਂਸ ਤਾਂ ਆਉਂਦੀ ਰਹਿਣੀ ਹੈ ਭਾਵੇਂ ਉਹ 1% ਹੋਵੇ ਭਾਵੇਂ 100% ਹੋਵੇ ਪਰਫਾਰਮੈਂਸ ਤਾਂ ਰਹਿਣੀ ਰਹਿਣੀ ਜੀ ਪਰ ਇਹ ਹੈ ਕਿ ਉਹਦੀ ਪ੍ਰੋਡਕਸ਼ਨ ਕਿੰਨੀ ਆਉਣੀ ਹੈ ਕਿ 30 ਸਾਲ ਤੱਕ ਜਿਹੜੀ ਤੁਸੀਂ ਪ੍ਰੋਡਕਸ਼ਨ ਉਹਨਾਂ ਨੂੰ ਦੇ ਰਹੇ ਕਿ ਹਾਂਜੀ ਅੱਜ ਅਸੀਂ ਤੁਹਾਡੇ ਸੋਲਰ ਲਾਇਆ ਤੇ 30ਵੇਂ ਸਾਲ ਤੱਕ ਵੀ ਇੰਨੀ ਪ੍ਰੋਡਕਸ਼ਨ ਜਿਹੜੀ ਹੈ ਨੰਬਰ ਦਿੰਦੇ ਆ ਉਹ ਇੱਕ ਵੱਖਰੀ ਗੱਲ ਹੈ ਸੋ ਇਹ ਬਹੁਤ ਫਰਕ ਹੈ ਪ੍ਰੋਡਕਸ਼ਨ ਦਾ ਤੇ ਜਿਹੜੀ ਪਰਫਾਰਮੈਂਸ ਦਾ ਜੀ ਸੋ ਆਪਾਂ ਜਦੋਂ ਵੀ ਸੋਲਰ ਲੋਨ ਆ ਪ੍ਰੋਡਕਸ਼ਨ ਦੀ ਗਾਰੰਟੀ ਹੋਣੀ ਬਹੁਤ ਜ਼ਰੂਰੀ ਜੀ ਤੇ ਇੱਕ ਇਹਦੇ ਬਾਰੇ ਕੁਝ ਨਹੀਂ ਹੋ ਸਕਦਾ ਅਸੀਂ ਮੈਂ ਅਜਮਾ ਕੇ ਦੇਖੀ ਗੱਲ ਜੀ ਕਿਤੇ ਪੜ ਕੇ ਸੁਣ ਕੇ ਤਾਂ ਇਦਾਂ ਅਸੀਂ ਫੋਨ ਕਰ ਲਏ ਵੀ ਤੁਹਾਡਾ ਸੋਲਰ ਸਿਸਟਮ ਬਿਲਕੁਲ ਫਰੀ ਲੱਗੂਗਾ ਓਕੇ ਕੈਲੀਫੋਰਨੀਆ ਦੀ ਗਵਰਨਮੈਂਟ ਤੁਹਾਨੂੰ ਫਰੀ ਦਿੰਦੀ ਸੋਲਰ ਸਿਸਟਮ ਤੇ ਸੈਕੰਡ ਤੁਹਾਨੂੰ ਸਟੀਮੂਲਸ ਚੈੱਕ ਵੀ ਆਊਗਾ ਉਹ ਤੇ ਇਹ ਐਡ ਜਿਹੜੀ ਹੈਗੀ ਗੁਬਰਾ ਕੋਨ तकरीबन ਲੱਗਦੀ ਆ ਤੇ ਇਹ ਇਹਦਾ ਕੁਝ ਨਹੀਂ ਹੋ ਸਕਦਾ ਜ ਜਦੋਂ ਫੋਨ ਕਰਦੇ ਆ ਤਾਂ ਉਦੋਂ ਗੱਲ ਹੋਰ ਹੁੰਦੀ ਆ ਤੇ ਦਸਣ ਦੇ ਵਿੱਚ ਹੋਰ ਹੁੰਦੀ ਆ ਇਹਦਾ ਕੋਈ ਹੱਲ ਨਹੀਂ ਜਾਂ ਇਹਦੇ ਵਿੱਚ ਕੋਈ ਹੈਗਾ ਵਾਕਈ ਥੋੜਾ ਬਹੁਤ ਵੀ ਕੈਲੀਫੋਰਨੀਆ ਦੀ ਸਟੇਟ ਜਿਹੜੀ ਉਹ ਕਰਦੀ ਸੁਧਰ ਰਵਣ ਵਾਲਾ ਵਸਤੇ ਐ ਨਹੀਂ ਜੀ ਇਹਦੇ ਵਿੱਚ ਫ੍ਰੀ ਹਲਾ ਤਾਂ ਜਿਹੜਾ ਹੀ ਆ ਉਹ ਉਹ ਗਲਤ ਬਿਆਨੀ ਲਾ ਲੋ ਤੁਸੀਂ ਫ੍ਰੀ ਤਾਂ ਨਹੀਂ ਕੁਝ ਕੁਝ ਨਹੀਂ ਹੈਗਾ ਇਦਾਂ ਦਾ ਉਹ ਸਿਰਫ ਇਹ ਹੈ ਕਿ ਤੁਹਾਨੂੰ ਤੁਹਾਨੂੰ ਇੱਕ ਕਿ ਤੁਹਾਨੂੰ ਜਦੋਂ ਕੋਈ ਫ੍ਰੀ ਵਾਲੀ ਗੱਲ ਕਰਾਂਗੇ ਸਾਡੇ ਨਾਲ ਗੱਲ ਕਰਨਗੇ ਇਨਫੋਰਮੇਸ਼ਨ ਲਵਾਉਣਗੇ ਹਨ ਉਹ ਅੱਗੇ ਤੋਰ ਗੱਲ ਤੋਰਨ ਵਾਲੀ ਗੱਲ ਹੈ ਪਰ ਫ੍ਰੀ ਵਾਲਾ ਕੁਝ ਨਹੀਂ ਹੈਗਾ ਹਾਂ ਦੂਜੀ ਜਿਹੜੀ ਟੈਕਸ ਵਾਲੀ ਗੱਲ ਕਰਦੇ ਆ ਉਹ ਚੈੱਕ ਨਹੀਂ ਆਉਣਾ ਸਰ ਉਹ ਬਿਲਕੁਲ ਇਹ ਗਲਤ ਹੈ ਅੱਛਾ ਉਹ ਜਿਹੜਾ ਚੈੱਕ ਦੀ ਗੱਲ ਕਰਦੇ ਉਹ ਅਸਲ ਦੇ ਵਿੱਚ ਜਿਹੜਾ ਤੁਹਾਨੂੰ ਟੈਕਸ ਦੇ ਵਿੱਚ 26% ਟੈਕਸ ਕ੍ਰੈਡਿਟ ਜਿਹੜਾ ਮਿਲਣਾ ਹੈ ਉਹ ਹਾਂ ਉਹ ਤੁਸੀਂ ਜਿਹੜਾ ਟੈਕਸ ਉਹ ਕਰਦੇ ਹੋ ਆਈਆਰਐਸ ਨੂੰ ਤੁਸੀਂ ਉਹ ਜਿੰਨਾ ਤੁਹਾਡਾ 26% ਇਧਰੋਂ ਸੋਲਰ ਚੋਂ ਬਣਿਆ ਉਹ ਕੱਟ ਕੇ ਤੇ ਬਾਕੀ ਟੈਕਸ ਦੇਣਾ ਹੈ ਬਾਕੀ ਦੇਣਾ ਪੈਗਾ ਇਹਦਾ ਮਤਲਬ ਇਹ ਨਹੀਂ ਕਿ ਉਹ ਉਧਰ ਚਾਹੇ ਇਹ ਵੀ ਅਗਲੇ ਨੇ ਤਸੱਲੀ ਕਰਾਉਣੀ ਹੋਵੇ ਇਹ ਵੀ ਕਹਿ ਸਕਦਾ ਜੀ ਪੈਸੇ ਹੀ ਆਏ ਵੀ ਅਸੀਂ ਪੈਸਿਆਂ ਦੀ ਗੱਲ ਕੀਤੀ ਹੈ ਇਧਰੋਂ ਕੱਟ ਹੋਈ ਉਧਰ ਕੱਟ ਹੋਈ ਪਰ ਇਹ ਉਹ ਗੱਲ ਕਮਾ ਕੇ ਕਰਦੇ ਹਾਂ ਹਾਂ ਮੇਰੇ ਹਿਸਾਬ ਨਾਲ ਥੋੜੇ ਜਿਹਾ ਗਲਤ ਹੈ ਜੀ ਜੀ ਇੱਕ ਬ੍ਰੇਕ ਲੈਣੀ ਪੈਗੀ ਸਾਨੂੰ ਜੀ ਸਰ ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਇਸੇ ਤਰ੍ਹਾਂ ਗੱਲ ਕਰਾਂਗੇ ਜਿਹੜੇ ਸਾਡੇ ਦਰਸ਼ਕ ਨੇ ਉਹ ਵੀ ਇਸੇ ਤਰ੍ਹਾਂ ਜੁੜੇ ਰਹੋ ਜੀ ਸਾਡੇ ਨਾਲ ਜਸਵਲਖ ਸਾਹਿਬ ਆਜਾਏ ਨੇ ਸਟੂਡੀਓ ਦੇ ਵਿੱਚ ਇਹਨਾਂ ਕੋ ਜਿਹੜੀ ਗੱਲ ਕਰ ਰਹੇ ਆ ਕਿ ਡਿਮਾਂਡ ਜਿਹੜੀ ਸੋਲਰ ਦੀ ਹੈ ਕੈਲੀਫੋਰਨੀਆ ਦੇ ਵਿੱਚ ਖਾਸ ਤੌਰ ਤੇ ਬਹੁਤ ਵੱਧ ਗਈ ਹੈ ਅਸੀਂ ਆਪਣੇ ਆਲੇ ਦੁਆਲੇ ਦੇਖੀਏ ਕੋਈ ਦੋਸਤਾਂ ਮਿੱਤਰਾਂ ਨਾਲ ਦੇਖੀਏ ਰਿਸ਼ਤੇਦਾਰਾਂ ਨਾਲ ਦੇਖੀਏ ਸਾਰੇ ਹੀ ਇਹਦੇ ਬਾਰੇ ਘੱਟੋ ਘੱਟ ਸੋਚਣ ਲੱਗ ਪਏ ਨੇ ਜੇ ਸੋਚਣ ਲੱਗ ਪਏ ਨੇ ਤਾਂ ਲਵਾਉਣਗੇ ਵੀ ਤੁਸੀਂ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਨੰਬਰ ਆ ਰਹੇ ਨੇ ਇਹਨਾਂ ਦੇ ਸਕਰੀਨ ਦੇ ਉੱਪਰ ਸਾਡੇ ਕੋਲ ਵੀ ਇਹਨਾਂ ਨੰਬਰ ਲੈ ਸਕਦੇ ਹਾਂ ਫਿਲਹਾਲ ਇੱਕ ਬ੍ਰੇਕ ਲੈ ਲਈਏ ਦੇਖਦੇ ਰਹੋ ਜਸ ਪੰਜਾਬੀ ਹਾਜ਼ਰਾ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਸੁਲੀਵਾ ਸੋਲਰ એનર્ਜੀ ਦੀ ਗੱਲ ਕਰ ਰਹੇ ਆ ਖਾਸ ਤੌਰ ਤੇ ਸੋਲਰ ਸਿਸਟਮ ਜਿਹੜਾ ਹੈਗਾ ਉਹਦੀ ਗੱਲ ਕਰ ਰਹੇ ਆ ਉਹਦੇ ਬਹੁਤ ਸਾਰੇ ਫਾਇਦੇ ਜਿਹੜੇ ਨੇ ਉਹਨਾਂ ਦੀ ਗੱਲ ਕਰ ਰਹੇ ਆ ਜਸ ਸੌਲਕ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਇਹਨਾਂ ਨਾਲ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਆ ਜੀ ਜਸਪਾ ਜੀ ਜੀ ਸਰ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਥੈਂਕ ਯੂ ਜੀ ਤੇ ਅੱਛਾ ਸੋਲਰ ਸਿਸਟਮ ਦੀ ਜਿਹੜੀ ਅਸੀਂ ਗੱਲ ਕਰ ਰਹੇ ਆ ਵਾਕਈ ਇਹਦਾ ਇੱਕ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਜੀ ਅਵੇਅਰਨੈਸ ਆਈ ਹੈ ਬਿਲਕੁਲ ਜੀ ਬਿਲਕੁਲ ਆਈ ਤੇ ਇੱਕ ਹੋਰ ਬਾਕੀ ਫਾਇਦਾ ਤਾਂ ਹੈਗੇ ਹੈਗੇ ਜਿਵੇਂ 30 ਸਾਲ ਦੀ ਤੁਸੀਂ ਗੱਲ ਕਰਦੇ ਹੋ 30 ਸਾਲ ਦੀ ਗਾਰੰਟੀ ਹੈਗੀ ਆ ਜੀ ਜੀ ਤੇ 30 ਸਾਲ ਤਕਰੀਬਨ ਘਰ ਦੀ ਮੋੜਗੇ ਚੱਲਦੀ ਹ ਤੇ ਅੱਛਾ ਜੇ ਸੋਲਰ ਸਿਸਟਮ ਲਵਾਇਆ ਮੈਂ ਕੀ ਨੋਟ ਕੀਤੀ ਮੈਂ ਵੀ ਪਿੱਛੇ ਜਦੋਂ ਘਰ ਲਿਆ ਜਦੋਂ ਘੁੰਮ ਫਿਰ ਕੇ ਜਦੋਂ ਦੇਖੇ ਘਰ ਕੋਲ ਜੀ ਜੀ ਤੇ ਜਿੰਨੇ ਕ ਦਾ ਸੋਲਰ ਸਿਸਟਮ ਲੱਗਦਾ तकरीबन ਹੂੰ ਜੇ ਘਰ ਵੇਚਣਾ ਹਾਂਜੀ ਤੇ ਉਨੇ ਕ ਕੀ ਉਦੋਂ ਉੱਪਰ ਜੀ ਸਿਰਫ ਸੋਲਰ ਸਿਸਟਮ ਕਰਕੇ ਘਰ ਦੀ ਪ੍ਰਾਈਸ ਵਧ ਜਾਂਦੀ ਹੈ ਕਿ ਇਹ ਸਹੀ ਹੈ ਇਹ ਬਿਲਕੁਲ ਸਹੀ ਹੈ ਜੀ ਦੇਖੋ ਸੋਲਰ ਨੂੰ ਜਿਹੜਾ ਉਹਨੂੰ ਤੁਹਾਡਾ ਐਸੈਟ ਮੰਨਿਆ ਜਾਂਦਾ ਹੈ ਸੋਲਰ ਦਾ ਇਹ ਲਾਇਬਿਲਟੀ ਨਹੀਂ ਹੈ ਤੁਹਾਡਾ ਐਸੈਟ ਹੈ ਸੋ ਇਹਦੇ ਨਾਲ ਜਿਹੜੀ ਤੁਹਾਡੇ ਘਰ ਦੀ ਕੀਮਤ ਆ ਉਹ ਵਧਣੀ ਹੈ ਘਟਣੀ ਨਹੀਂ ਤੇ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਨੇ ਜੇ ਘਰ ਵੇਚਣਾ ਹੈ ਜਾਂ ਜੋ ਵੀ ਹੈ ਜਦੋਂ ਸੋਲਰ ਲੱਗਾ ਹੁੰਦਾ ਸੋ ਜਿਹੜਾ ਬਾਏ ਕਰਨ ਵਾਲਾ ਉਹਨੂੰ ਹੁੰਦਾ ਕਿ ਮੇਰਾ ਬਿਜਲੀ ਦਾ ਬਿੱਲ ਨਹੀਂ ਹੋਣਾ ਸੋ ਇਹ ਇਹ ਇੱਕ ਤੁਹਾਡੀ ਕੀਮਤ ਜਿਹੜੀ ਆ ਉਹ ਘਰ ਦੀ ਇਹਦੇ ਨਾਲ ਵੱਧ ਜਾਂਦੀ ਬਿਲਕੁਲ ਜੀ 5-400 ਵੀ ਜੇ ਆਉਂਦਾ ਹੋਵੇ ਬਿੱਲ ਬਿਲਕੁਲ ਜੀ ਆਹ ਘਰ ਦਾ ਇੰਨਾ ਘਟਾ ਜਾਂਦਾ ਉਹਦਾ ਵੀ ਕਿੱਥੇ ਦੀ ਕਿੱਥੇ ਗੱਲ ਚਲ ਜਾਂਦੀ ਹੈ ਉਹੀ ਮਾਰਗੇਜ ਦੀ ਜਿਹੜੀ ਪ੍ਰਾਈਸ ਹੈਗੀ ਆ ਅੱਧੀ ਸਮਝ ਲਓ ਉਹ ਨਿਕਲ ਗਈ ਵਿੱਚੋਂ ਮਾਕੇ ਕਈ ਇਥੇ ਮੈਂ ਲਾਏ ਨੇ ਸੋਲਰ ਘਰ ਚਲੋ ਸੁਖਨਾ ਵੱਡੇ ਨੇ ਉਹਨਾਂ ਦਾ 2-2000 ਡਾਲਰ ਵੀ ਬਿੱਲ ਆਉਂਦਾ ਜੀ ਉਹਨਾਂ ਦਾ ਉਹ ਅਸੀਂ ਆਫਸੈਟ ਕੀਤਾ ਵਾਹ ਜੀ ਵਾਹ ਤੇ ਕਿੰਨਾ ਕੋ ਬਿੱਲ ਆਉਂਦਾ ਹੋਵੇ ਤਾਂ ਸੋਲਰ ਬਾਰੇ ਸੋਚਣਾ ਚਾਹੀਦਾ ਸੋਲਰ ਬਾਰੇ ਜੇ ਜੇ ਕਿਸੇ ਜਿਹੜਾ ਕੁਐਸਚਨ ਤੁਹਾਡਾ ਕਿਸੇ ਵੇਚਣ ਵਾਲੇ ਨੂੰ ਪੁੱਛੋਗੇ ਤੇ ਉਹਨੇ ਤੇ ਕਹਿਣਾ ਵੀ ਲਵਾਉਣਾ ਹੀ ਚਾਹੀਦਾ ਬਿਲ ਨਹੀਂ ਵੀ ਆਉਂਦਾ ਤਾਂ ਵੀ ਲਵਾ ਨਹੀਂ ਨਹੀਂ ਆਉਂਦਾ ਬਿਜਲੀ ਦਾ ਬਿੱਲ ਤਾਂ ਵੀ ਦਵਾ ਜੀ ਸੋ ਤੁਸੀਂ ਲਾ ਕੇ ਚਲੋ ਜੇ 100 ਤੋਂ ਤੁਹਾਡਾ 100 ਡਾਲਰ ਤੋਂ ਬਿੱਲ ਟੱਪ ਗਿਆ ਤਾਂ ਫਿਰ ਜਰੂਰ ਲਵਾ ਲੈਣਾ ਚਾਹੀਦਾ ਕਿਉਂਕਿ ਬਿੱਲ ਬਿੱਲ ਵਧਦੇ ਜਾ ਰਹੇ ਨੇ ਹਰ ਸਾਲ ਜਿਹੜਾ 8 ਤੋਂ 10% ਉਹਦੇ ਵਿੱਚ ਐਡ ਆਨ ਹੁੰਦਾ ਜਾ ਰਿਹਾ ਹਾਂ ਤੇ ਜੇ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਮੇਰੇ ਖਿਆਲ ਹਰ ਸਾਲ ਇਹ ਚਾਹੇ ਕੋਈ ਵੀ ਕੰਪਨੀ ਹੈਗੀ ਹੈ ਪ੍ਰਾਈਵੇਟ ਬਿਜਲੀ ਸਾਰੀ ਇੱਥੇ ਜੀ ਜੀ ਤੇ ਉਹ ਕੰਪਨੀਆਂ ਹਰ ਸਾਲ ਵਧਾਉਂਦੀਆਂ ਨੇ ਵੀ ਜੇ ਪਿਛਲੇ 2 ਸਾਲ ਪਹਿਲਾਂ ਕਿਸੇ ਦਾ ਬਿੱਲ ਹੁਣ 100 ਆਉ ਦੇਖੋ ਹਰ ਚੀਜ਼ ਦੇ ਵਿੱਚ ਮਹਿੰਗਾਈ ਵਾਧੀ ਐਡ ਆਨ ਹੁੰਦਾ ਬਿਜਲੀ ਵੀ ਇਹ ਵੀ ਆਪਾਂ ਕੋਈ ਬਾਇ ਕਰਦੇ ਇਹਦੇ ਵਿੱਚ ਵੀ ਐਡ ਆਨ ਹੋਣਾ ਹੀ ਹੋਣਾ ਜੀ ਸੋ ਆਲਮੋਸਟ ਜਿਹੜਾ ਡਾਟਾ ਹੈ ਉਹ ਇਹ ਕਹਿੰਦਾ ਕਿ ਹਰ 10 ਸਾਲ ਬਾਅਦ ਬਿਲ ਡਬਲ ਹੋ ਰਿਹਾ ਪਿਛਲੇ ਸਾਡੇ ਕੋਲ ਪਿਛਲੇ 20 ਸਾਲ ਦਾ ਡਾਟਾ ਹੈਗਾ ਸੋ ਇਹੀ ਹੈ ਕਿ 10 ਸਾਲ ਬਾਅਦ ਜੇ ਅੱਜ ਤੁਹਾਡਾ ਬਿਲ 200 ਡਾਲਰ ਹੈ ਤਾਂ 10 ਸਾਲ ਪਹਿਲਾਂ 100 ਡਾਲਰ ਸੀਗਾ ਸੋ ਇੰਨਾ ਕਿ ਜਿਹੜਾ ਇਹ ਅੱਗੇ ਦੀ ਅੱਗੇ ਵਿੱਚ ਐਡ ਆਨ ਹੋ ਹੀ ਜਾਣਾ ਸੋ ਇਹ ਵੀ ਇੱਕ ਬਹੁਤ ਵੱਡਾ ਫਾਇਦਾ ਬਹੁਤ ਵੱਡਾ ਫਾਇਦਾ ਜੀ ਤੇ ਕੈਲੀਫੋਰਨੀਆ ਦੇ ਅਗਰ ਅਸੀਂ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਇੱਕ ਹੋ ਇਹ ਗਰਮੀਆਂ ਦੇ ਵਿੱਚ ਅੱਗਾਂ ਵਗੈਰਾ ਲੱਗ ਜਾਂਦੀਆਂ ਜਦੋਂ ਤੇ ਉਦੋਂ ਫਿਰ ਲਾਈਟ ਜਿਹੜੀ ਹੈ ਕੱਟੀ ਜਾਂਦੀ ਹੈ ਹਾਂਜੀ ਤੇ ਇੱਕ ਉਹ ਵੀ ਇੱਕ ਡਰਾਬੈਕ ਥੋੜਾ ਜਿਆ ਕੈਲੀਫੋਰਨੀਆ ਦਾ ਹੈਗਾ ਜੋ ਲਾਈਟ ਕੱਟ ਹੁੰਦੀ ਹੈ ਤੇ ਫਿਰ ਅਸੀਂ ਦੇਖਦੇ ਹਾਂ ਅੱਗੇ ਪਿੱਛੇ ਕਰੀਏ ਕੀ ਇੱਕ ਸੋਲਰ ਲੱਗਿਆ ਹੋਏਗਾ ਸਾਨੂੰ ਉਹਦੀ ਵੀ ਕੋਈ ਪ੍ਰੋਬਲਮ ਹੈ ਨਹੀਂ ਚਲੋ ਅਸੀਂ ਤਾਂ ਵੈਸੇ ਅਰਦਾਸ ਕਰਦੇ ਵੀ ਅੱਗੇ ਲੱਗੇ ਹੀ ਨਾ ਕਿਤੇ ਪਰ ਮਾਈਟ ਤਾਂ ਸਿੱਧਾ ਹੁੰਦੀ ਹੈ ਤੇ ਇੱਕ ਇਹ ਵੀ ਪਲੱਸ ਪੁਆਇੰਟ ਹੈਗਾ ਸੋਲਰ ਪਲੱਸ ਪੁਆਇੰਟ ਉਹਦੇ ਵਿੱਚ ਇਹ ਤਾਂ ਹੈਗਾ ਪਰ ਉਹਦੇ ਲਈ ਬੈਕਅਪ ਬੈਟਰੀ ਹੋਣੀ ਨਾਲ ਜ਼ਰੂਰੀ ਅੱਛਾ ਜੀ ਹਾਂ ਜੇ ਸਮਝ ਲਓ ਕਿ ਬਿਜਲੀ ਨਹੀਂ ਆ ਰਹੀ ਨਾ ਹੂੰ ਤੇ ਤਾਂ ਸਾਡੇ ਕੋਲ ਜੇ ਬੈਟਰੀ ਹੈਗੀ ਆ ਤੇ ਫਿਰ ਸੋਲਰ ਨੇ ਜਿਹੜਾ ਆ ਤੁਹਾਨੂੰ ਪ੍ਰੋਵਾਈਡ ਕਰਨਾ ਹੈ ਡਾਇਰੈਕਟਲੀ ਤੇ ਜੇ ਜੇ ਮਤਲਬ ਆਮ ਮਿਰਖਾ ਜਿੰਨੇ ਸੋਦਰ ਲੱਗਦੇ ਨੇ ਬੈਟਰੀ ਦੇ ਨਾਲ ਲਾਉਨੇ ਹੀ ਹੋ ਤੁਸੀਂ ਬੈਟਰੀ ਨਹੀਂ ਕਈ ਕਈ ਬੰਦੇ ਲਵਾਉਂਦੇ ਨੇ ਕਈ ਪਰਿਵਾਰ ਲਵਾਉਂਦੇ ਨੇ ਕਈ ਨਹੀਂ ਲਵਾਉਂਦੇ ਅੱਛਾ ਜੀ ਸੋ ਜਿਨ੍ਹਾਂ ਨੂੰ ਲੱਗਦਾ ਵੀ ਅਜੇ ਠੀਕ ਹੈ ਸੋ ਕੁਝ ਇਲਾਕਿਆਂ ਦੇ ਵਿੱਚ ਘੱਟ ਨਹੀਂ ਲੱਗਦੇ ਜਾਂ ਘੱਟ ਲੱਗਦੇ ਆ ਉੱਥੇ ਇਕੱਲਾ ਸੋਲਰ ਲੱਗ ਰਿਹਾ ਆ ਅਦਰਵਾਈਜ਼ ਬਾਕੀ ਥਾਵਾਂ ਦੇ ਉੱਤੇ ਨਾਲ ਬੈਟਰੀ ਜਿਹੜੀ ਆ ਉਹ ਐਡ ਆਨ ਕਰਨੀ ਹੀ ਪੈਂਦੀ ਆ ਤੇ ਜਿਵੇਂ ਅਸੀਂ ਗੱਲ ਕਰੀ ਦੀ ਐ ਹੋਰ ਕੰਪਨੀਾਂ ਦੇ ਚਲੋ ਅਸੀਂ ਤੱਕ ਕਿਸੇ ਦਾ ਕਾਰੋ ਨਾਂ ਲੈਣਾ ਸਭ ਦਾ ਕੰਮ ਕਰ ਚੱਲੀ ਜਾਣਾ ਹਾਂਜੀ ਬਿਲਕੁਲ ਤੇ ਉਹ ਕੀ ਕਰਦੇ ਨੇ ਕੋਈ ਸਮਾਨ ਕਿਤੇੋਂ ਕੋਈ ਕਿਤੇੋਂ ਕੋਈ ਕਿਤੇੋਂ ਲੈਂਦੇ ਨੇ ਤਕਰੀਬਨ ਜੀ ਜੀ ਤੇ ਉਹਨਾਂ ਦਾ ਬਾਹਲਾ ਕੋਈ ਦਫ਼ਤਰ ਦਫ਼ਤਰ ਜਾਂ ਬੜਾ ਵੇਅਰ ਹਾਊਸ ਵੀ ਨਹੀਂ ਹੁੰਦਾ ਆ ਲੋੜ ਹੀ ਨਹੀਂ ਹੁੰਦੀ ਜੀ ਹਾਂ ਤੇ ਲੋੜ ਹੀ ਨਹੀਂ ਪੈਂਦੀ ਸਮਾਨ ਸਿੱਧਾ ਆ ਜਾਣਾ ਜੀ ਜੀ ਉਹਨੂੰ ਆਰਡਰ ਕੀਤਾ ਉੱਥੋਂ ਆਇਆ ਕਿੱਧਰ ਆਰਡਰ ਕਰਤਾ ਉੱਥੋਂ ਆਣਾ ਉਹ ਸਿੱਧਾ ਕਸਟਮਰ ਤੇ ਚੱਲ ਜਾਣਾ ਉੱਥੇ ਲਵਾ ਦਿੰਦੇ ਸਮਾਨ ਬਿਲਕੁਲ ਜੀ ਬਿਲਕੁਲ ਸਾਡੇ ਇੱਥੇ ਇੱਕ ਹੁੰਦਾ ਸੀ ਪਕੌੜਿਆਂ ਵਾਲਾ अच्छा डाकोट ਤੇ ਉਹਨੇ ਪਰਨਾ ਲੈ ਕੇ ਆਉਣਾ ਘਰੋਂ ਕੱਲਾ ਹਾਂ ਆਕੇ ਤੇ ਸਬਜੀ ਵਾਲੇ ਕੋ ਸਬਜੀ ਮੰਗਾ ਲਈ ਤੇਲ ਵਾਲੇ ਕੋ ਤੇਲ ਮੰਗਾ ਲਿਆ ਵੇਸ ਨਾਲ ਤੇ ਵੇਸਣ ਮੰਗਾ ਲਿਆ ਸਾਰਾ ਮੰਗਾ ਕੇ ਪਕੌੜੇ ਪੂਰੇ ਕੱਢ ਕੇ ਸ਼ਾਮੀ ਉਹਦੇ ਉਹਨੂੰ ਦੇ ਦਿੱਤੇ ਉਹਦੇ ਉਹਨੂੰ ਦੇ ਦਿੱਤੇ ਉਹਦੇ ਤੇ ਬਾਕੀ ਜਿਹੜੇ ਬੱਚੇ ਆਪ ਦੀ ਜੇਬ ਚ ਪਾ ਕੇ ਘਰੇ ਉਹ ਉਹ ਉਸ ਪਰਨੇ ਚ ਬਨ ਕੇ ਕਰੇ ਪਰਨੇ ਚ ਬਨ ਕੇ ਕਰੇ ਸੋ ਇਹ ਚੀਜ਼ ਹੈਗੀ ਆ ਉਹਨਾਂ ਦਾ ਕੰਮ ਇਹ ਹੈ ਜੀ ਵੀ ਸਾਰਿਆਂ ਦੇ ਦੇ ਕੇ ਜਿਹੜਾ ਵਿੱਚੋਂ ਬਚ ਗਿਆ ਆਪਣਾ ਤੇ ਉਹ ਕਰ ਕਰਾ ਕੇ ਲੈ ਲੈਣਾ ਤੇ ਇਹ ਤੁਹਾਡੇ ਕੋਲ ਜਿਹੜੀ ਸਲੀਵਾ ਦੀ ਅਸੀਂ ਹਮੇਸ਼ਾ ਗੱਲ ਕਰੀਦੀ ਆ ਤੁਹਾਡੇ ਕੋਲ ਕੀ ਕੀ ਸਾਰਾ ਕੁਝ ਹੀ ਮੇਰੇ ਕੋਲ ਹੁਣ ਤਾਂ ਆਪਣਾ ਬੈਟਰੀ ਵੀ ਸਗੀ ਆ ਹਾਂਜੀ ਬਿਲਕੁਲ ਤੇ ਕੀ ਕੀ ਹੈਗਾ ਸਲੀਵਾ ਦੀ ਖਾਸੀਅਤ ਜਿਹੜੀਆਂ ਹੈਗੀਆਂ ਉਹ ਇੱਕ ਦੱਸੋ ਤੇ ਕਿਉਂ ਸਲੀਵਾ ਹੀ ਲਵਾਉਣਾ ਚਾਹੀਦਾ ਸਾਡਾ ਇਹ ਹੈ ਜੀ ਕਿ ਸਾਡੇ ਪੈਨਲ ਸਾਡੇ ਆਪਣੇ ਨੇ ਇੰਸਟਾਲ ਕਰਨ ਵਾਲਾ ਇੱਕ ਰੂ ਸਾਡਾ ਆਪਣਾ ਸਾਨੂੰ ਕੁਛ ਇਹ ਨਹੀਂ ਹੈਗਾ ਕਿ ਅਸੀਂ ਕੋਈ ਚੀਜ਼ ਬਾਹਰੋਂ ਖਰੀਦਣੀ ਹੈ ਸੋ ਇੱਕ ਵੱਡਾ ਕਾਰਨ ਇਹਦਾ ਇਹੀ ਹੈ ਕਿ ਜਦੋਂ ਅਸੀਂ ਵਾਰੰਟੀ ਦਿੰਨੇ ਆ ਕਿ ਅਸੀਂ ਇਸ ਪ੍ਰੋਡਕਟ ਦੇ ਪਿੱਛੇ ਆਪ ਖੜੇ ਆ ਸਾਨੂੰ ਪਤਾ ਹੈ ਕਿ ਸਾਡਾ ਪ੍ਰੋਡਕਟ ਜਦੋਂ ਤੁਸੀਂ ਕੋਈ ਬਾਹਰੋਂ ਪ੍ਰੋਡਕਟ ਬਾਇ ਕਰਦੇ ਆ ਉਹਦੀ ਫਿਰ ਤੁਹਾਨੂੰ ਜਿਹੜੀ ਗਰੰਟੀ ਜਾਂ ਵਾਰੰਟੀ ਉਹਨਾਂ ਦੇ ਹਿਸਾਬ ਨਾਲ ਦੇਣੀ ਪੈਂਦੀ ਜਿਹੋ ਉਹਨਾਂ ਦੀ ਗਰੰਟੀ ਹੋਊਗੀ ਕੱਲ ਨੂੰ ਜੇ ਕਿਤੇ ਆਪਾਂ ਇੰਸਟਾਲ ਬਾਹਰੋਂ ਕਰਾਇਆ ਹੈ ਇੰਸਟਾਲੇਸ਼ਨ ਜਿਹੜੀ ਹੋਈ ਹੈ ਤੇ ਪੈਨਲ ਕਿਤੇ ਹੋਰ ਖਰੀਦੇ ਨੇ ਜੀ ਲੋਡ ਪੈਂਦੀ ਹੈ ਤਾਂ ਉਹਨਾਂ ਕਹਿੰਦਾ ਇੰਸਟਾਲ ਜਿਹਨਾਂ ਨੇ ਕੀਤਾ ਉਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਕਾਲ ਕਰੋ ਇੰਸਟਾਲ ਵਾਲਿਆਂ ਕਹਿਣਾ ਕਿ ਇਹ ਪੈਨਲ ਵਾਲਾ ਨੂੰ ਕਾਲ ਕਰੋ ਤੇ ਉਹ ਬੰਦਾ ਜਿਹੜਾ ਨਾ ਉਹ ਉਹ ਦੇਖਾ ਜਲਖਵਾਰੀ ਹੁੰਦੀ ਹੈ ਬਿਲਕੁਲ ਹਾਂ ਸੋ ਸਾਡੇ ਨਹੀਂ ਹੈਗਾ ਸਾਡੇ 100% ਸਾਡੀ ਕੰਪਨੀ ਜਿਹੜੀ ਆ ਆਪਣੇ ਪ੍ਰੋਡਕਟ ਦੇ ਪਿੱਛੇ ਖੜੀ ਹੈ ਸੋ ਇੱਕ ਵਾਰੀ ਜੇ ਸੋਲਰ ਲਵਾਉਣਾ ਕਿਸੇ ਜਿਹਦੇ ਲੱਗ ਗਿਆ ਉਹਦਾ ਤਾਂ ਕੁਝ ਨਹੀਂ ਹੋ ਸਕਦਾ ਜੀ ਨਹੀਂ ਉਹ ਤੇ ਫਿਰ ਮੋਜਾਂ ਕਰਨਗੇ ਮੋਜਾਂ ਤੇ ਜਿਨ੍ਹਾਂ ਨੇ ਲਵਾਉਣਾ ਹੈ ਉਹ ਜ਼ਰੂਰ ਫੋਨ ਫੂ ਕਰਕੇ ਭਵੇਂ ਦੋ ਨੂੰ ਕਰੋ ਚਾਹੋਨ ਕਰੋ ਬਿਲਕੁਲ ਜੀ ਬਿਲਕੁਲ ਇਹ ਸਲੀਵਾ ਨੇ ਵੀ ਕਰੋ ਨੰਬਰ ਸਕਰੀਨ ਤੇ ਆ ਰਿਹਾ ਕਾਜੀ ਸਾਹਿਬ ਦਾ ਨੰਬਰ ਆ ਰਿਹਾ 408 699 8658 ਤੇ ਜਸੌਲਖ ਸਾਹਿਬ ਦਾ ਨੰਬਰ ਆ ਰਿਹਾ 500 ਦਾ 760 4275 ਜੀ ਸਰ ਤੇ ਇਹ ਤੁਸੀਂ ਵੀ ਇਹ ਅਕਸਰ ਕਹਿੰਦੇ ਹੁੰਦੇ ਹੋ ਕਿ ਲਵਾਓ ਜਿੱਥੋਂ ਮਰਜੀ ਬਿਲਕੁਲ ਤੇ ਪਰ ਇੱਕ ਵਾਰੀ ਕਾਲ ਕਰਕੇ ਸਲਾਹ ਜ਼ਰੂਰ ਲੈ ਲਓ ਸਲਾਹ ਜ਼ਰੂਰ ਲੈ ਲਓ ਤਾਂ ਸੋਲਰ ਵੀ ਲਵਾ ਲਓ ਮਤਲਬ ਲਵਾਓ ਜੇ ਤੁਹਾਡੀ ਲਵਾਓ ਕਿਉਂਕਿ ਇਹਦਾ ਫਾਇਦਾ ਹੈ ਇਹਦਾ ਨੁਕਸਾਨ ਕੋਈ ਨਹੀਂ ਹੈ ਜੀ ਸੋ ਮੇਰੇ ਵੱਲੋਂ ਇਹ ਹੈ ਵੀ ਜਰੂਰ ਲਵਾਉਣਾ ਚਾਹੀਦਾ ਨਾਲੇ ਕਿ ਕਲੀਨ એનર્ਜੀ ਹੈ ਉਹ ਵੀ ਆਪਾਂ ਆਪਣਾ ਯੋਗਦਾਨ ਪਾਉਨੇ ਆ ਵਾਤਾਵਰਨ ਦੇ ਵਿੱਚ ਜੀ ਸੂਰਜ ਤੋਂ ਆਪਾਂ ਨੂੰ ਇਹ ਸਾਰੀ એનર્ਜੀ ਮਿਲਦੀ ਜੇ ਤੋ ਜਰੂਰ ਲਵਾਓ ਇੱਕ ਇੱਕ ਦੋ ਕਿ ਜਿੰਨੀਆਂ ਵੀ ਤੁਹਾਨੂੰ ਲੱਗਦਾ ਗੱਲ ਕਰਕੇ ਸਾਰਿਆਂ ਕੋਲੋਂ ਇਨਫੋਰਮੇਸ਼ਨ ਲੈ ਕੇ ਜੀ ਤੇ ਫਿਰ ਸਹੀ ਕੰਪਨੀ ਚੂਜ਼ ਕਰਕੇ ਜਸ ਗੋਵਿੰਦ ਦਾ ਜੀ ਅੱਛਾ ਕਈ ਜਿਹੜੇ ਹੈਗੇ ਨੇ ਉਹ ਇੱਕ ਵਾਰੀ ਲੱਗਦਾ ਸਾਨੂੰ ਅਸੀਂ ਸਲੀਵਾ ਤੋਂ ਪਤਾ ਕੀਤਾ ਤਾਂ ਸਲੀਵਾ ਨੇ ਦੱਸਦਾ ਮੰਨ ਲਓ ਇੱਕ ਰੇਟ ਦੱਸਦਾ ਦੂਜੇ ਨੇ ਉਹਨੇ 2000 ਘਟਾ ਦਿੱਤਾ ਤੇ ਅਸੀਂ ਫਟਾਫਟ ਉਧਰ ਨੂੰ ਝੁਕਦੇ ਆ ਸਾਡੇ ਪੰਜਾਬੀਆਂ ਦੀ ਆਦਤ ਨੇ ਜੀ ਜੀ ਤੇ ਉਹ ਝੁਕ ਜਾਣਾ ਚਾਹੀਦਾ ਜਾਂ ਉਹਦੇ ਵਿੱਚ ਕੀ ਕੋਈ ਬਰੀਕੀਆਂ ਹੈਗੀਆਂ ਜਿਹੜੀਆਂ ਦੇਖਣੀਆਂ ਚਾਹੀਦੀਆਂ ਕਿ ਉਹ ਸਸਤਾ ਕਿਉਂ ਦੇ ਰਿਹਾ ਜੇ 2000 ਸਸਤਾ 5 ਤੱਕ 3000 ਸਸਤਾ ਦੇ ਰਿਹਾ ਹੁਣ ਫਾਇਦਾ ਹੋ ਰਿਹਾ ਤੇ ਲੰਬੇ ਸਮੇਂ ਤੇ ਕੀ ਨੁਕਸਾਨ ਹੋ ਸਕਦਾ ਉਹਦਾ ਇਹ ਬਿਲਕੁਲ ਜੀ ਵੇਖੋ ਇੱਕ ਇੱਕ ਉਹਦਾ ਘਾਫਤ ਆਪਣੇ ਪੰਜਾਬੀਆਂ ਦੀ ਵੀ ਵੀ ਸਸਤਾ ਰਹੇ ਵੇ ਵਾਰ-ਵਾਰ ਤੇ ਮਹਿੰਗਾ ਰਹੇ ਇੱਕ ਵਾਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਿਹੜੇ ਉਹ ਮਾਰਕੀਟਿੰਗ ਵਾਲੋਂ ਮਹਿੰਗੇ ਆ ਮਾਰਕੀਟ ਨੂੰ ਕੰਪੀਟ ਵੀ ਕਰਨਾ ਹੁੰਦਾ ਮਾਰਕੀਟ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਪਰ ਤੁਸੀਂ ਜਿਹੜੀ ਗੱਲ ਕਹੀ ਹੈ ਬਿਲਕੁਲ ਹੁਣ ਜਿਹੜਾ ਬੰਦਾ ਕੋਈ ਗਰਾਜ ਚੋਂ ਕੰਮ ਕਰ ਰਿਹਾ ਰੀਸੈਲਰ ਹੈ ਉਹਨੇ ਕਿਤੋਂ ਪੈਨਲ ਖਰੀਦੇ ਕਿਤੋਂ ਇੰਸਟਾਲਰ ਹਾਇਰ ਕੀਤੇ ਉਹ 1000 ڈالر ਨੂੰ ਇਹ ਵੀ ਮੇਰੇ ਕੋਲ ਬਿਜ਼ਨਸ ਆਵੇ ਕਿਦੋਂ ਵੀ ਆ ਦੇ 1000 ڈالر ਘੱਟ ਵੀ ਕਰ ਲੋ ਅਗਲੇ ਨੂੰ ਅਗਲੇ ਨੂੰ ਅਗਲੇ ਨੂੰ ਇਹ ਹੁੰਦਾ ਵਿਚਾਰ ਕਰ ਕਰਾ ਕੇ ਚੱਲ 1000 ਵੀ ਬਚ ਗਿਆ ਤੇ ਕਿਹੜਾ ਕੁਝ ਕਰਿਆ ਕਿਹੜਾ ਕੁਝ ਕੀਤਾ ਹੈ ਨਾ ਬੇ ਬੈਠਾ ਹੀ ਐ ਅੰਦਰ ਪਰ ਉਹ ਚੀਜ਼ ਹੈ ਉਹ ਲੰਮੇ ਸਮੇਂ ਲਈ ਫਿਰ ਜਿਵੇਂ ਆਪਾਂ ਕਹਿੰਦੇ 30 ਸਾਲ ਦਾ ਇਹਦਾ ਜਿਹੜਾ ਤੁਹਾਡੇ ਨਾਲ ਰਿਲੇਸ਼ਨ ਹੈ ਇਹਨੇ ਤੁਹਾਨੂੰ 2-3 ਸਾਲ ਬਾਅਦ ਪਰੇਸ਼ਾਨੀ ਦੇਣ ਲਾ ਪੈਣਾ ਜੇ ਤੁਹਾਡਾ ਸਟੱਫ ਜਾਂ ਪ੍ਰੋਡਕਟ ਵਧੀਆ ਨਹੀਂ ਹੈਗਾ ਸੋ ਮੈਨੂੰ ਲੱਗਦਾ ਹੈ ਕਿ ਜੇ ਕੋਈ ਆ ਯਾਰ ਖੰਡ ਦਾ ਜਿਹੜਾ ਫਰਕ ਹੈ ਇਹ ਕੁਝ ਵੀ ਨਹੀਂ ਹੈਗਾ ਆ ਜੇ ਬਹੁਤ ਜ਼ਿਆਦਾ ਹੈ ਤਾਂ ਫਿਰ ਜ਼ਰੂਰ ਕਨਸੀਡਰ ਕਰਨਾ ਚਾਹੀਦਾ ਵੀ ਅਸੀਂ ਕੀ ਬਾਇ ਕਰ ਰਹੇ ਹਾਂ ਪਰ ਇੰਨੇ ਕਿਤੇ ਪਿੱਛੇ ਜਿਹੜਾ ਆ ਤੁਹਾਨੂੰ ਮਾੜਾ ਪ੍ਰੋਡਕਟ ਜਿਹੜਾ ਉਹ ਨਹੀਂ ਲੈਣਾ ਚਾਹੀਦਾ ਇੱਕ ਜਿਵੇਂ ਸਲੀਵਾ ਦਾ ਨਾਮ ਬਣ ਗਿਆ ਨਾਮ ਦਾ ਪਤਾ ਲੋਕਾਂ ਨੂੰ ਤਾਂ ਲਗਭਗ ਮੇਰੇ ਖਿਆਲ ਕਿੰਨੇ ਕੰਟਰੀ ਦੇ ਵਿੱਚ ਹੈ ਤੁਹਾਡੀ ਕੰਪਨੀ ਹੈ ਆ 8 ਤੋਂ 9 अफ्रीका ਦੇ ਜਿਹੜੇ ਉਲਾਕੇ ਲਾਕੇ ਹੁਣ ਜੇ ਸਾਰੇ ਗਿਣੋਗੇ ਤਾਂ ਮੈਨੂੰ ਨਾਂ ਵੀ ਚੇਤਾ ਉਹਨਾਂ ਦਾ ਭੁੱਲ ਜਾਣਾ ਸੋ ਆ ਤੇ ਆਪ ਕੰਟਰੀਸ ਹੋਤੇ ਨੇ ਤੇ ਫਿਰ ਅਸੀਂ ਇਧਰ ਅਮਰੀਕਾ ਦੇ ਅੱਛਾ ਵੈਸਟ ਕੋਸਟ ਦੇ ਵਿੱਚ ਤੁਸੀਂ ਸਰਵਸ ਫਟਾਫਟ ਜਾਂਦੀ ਹੈ ਤੁਹਾਡੀ ਹਰ ਪੱਖੋਂ ਤੇ ਕਈ ਵਾਰੀ ਈਸਟ ਕੋਸਟ ਤੋਂ ਸਾਨੂੰ ਫੋਨ ਆਉਂਦੇ ਨੇ ਤੁਹਾਡਾ ਬੀ ਨਿਊਯਾਰਕ ਵਗੈਰਾ ਤੋਂ ਤੇ ਉੱਥੇ ਕੀ ਪ੍ਰੋਗਰਾਮ ਮੈਨੂੰ ਵੀ ਆਉਂਦੇ ਨੇ ਜੀ ਫੋਨ ਪਰ ਮਸਲਾ ਇਹ ਆ ਵੀ ਹੁਣ ਇਧਰੋਂ ਨਿਕਲਣ ਦੇਵੋਗੇ ਤਾਂ ਫੇਰ ਹੀ ਹੈ ਜੀ ਬਾਕੀ ਅਸੀਂ ਚਲੋ ਕਿ ਹਰ ਕੰਪਨੀ ਦੀ ਆਪਾਂ ਆਪਣੀ ਸਟ੍ਰੈਟਜੀ ਹੁੰਦੀ ਹੈ ਨਾ ਸੋ ਸਾਡਾ ਇਹ ਆ ਕਿ ਜਦੋਂ ਤੱਕ ਅਸੀਂ ਇਹਨੂੰ ਕੰਪਨੀ ਪਬਲਿਕ ਨਹੀਂ ਜਾਂਦੀ ਉਦੋਂ ਤੱਕ ਇਹਨੂੰ ਜਿਆਦਾ ਅਸੀਂ ਉਧਰ ਨੂੰ ਐਕਸਪੈਂਡ ਨਹੀਂ ਕਰਨ ਦੀ ਸੋਚ ਰਿਹਾ। ਸੋ ਬਿਜ਼ੀ ਹੈ ਇੱਥੇ ਹੀ ਬਹੁਤ ਮਹਾਰਾਜ ਦੇ ਮਿਹਰੇ ਸੋਨਾ ਕੰਮ ਚੱਲਦਾ। ਸਲਾਹ ਸਲਾਹ ਦੇ ਸਕਦੇ ਹੋ? ਜੀ ਬਿਲਕੁਲ ਬਿਲਕੁਲ। ਅੱਛਾ ਇੱਕ ਹੋਰ ਸਵਾਲ ਜਿਹੜਾ ਬਹੁਤ ਸਾਰੇ ਦਰਸ਼ਕਾਂ ਨੇ ਤੁਹਾਨੂੰ ਗੱਲ ਵੀ ਕਰਾਈ ਸੀ ਮੈਂ ਇੱਕ ਦੋ ਬੰਦਿਆਂ ਦੀ। ਬਿਲਕੁਲ। ਤੇ ਜਿਹੜੇ ਕੋਈ ਗੱਲ ਕਰਦੇ ਨੇ ਵੀ ਇਹ ਸੁਲੀਵਾ ਬਾਰੇ ਫਰੈਂਚਾਈਜ਼ ਵਗੈਰਾ ਜਾਂ ਨਾਲ ਜੁੜਨਾ ਚਾਹਣ ਕੋਈ ਲੋਕ ਕਿਸੇ ਵੀ ਤਰੀਕੇ ਜੀ ਜੀ। ਚਲੋ ਇੱਕ ਤਾਂ ਲਵਾਉਣਾ ਪੱਕੀ ਗੱਲ ਹੈ। ਜੀ। ਤੇ ਉਦਾਂ ਕਿਸੇ ਤਰੀਕੇ ਅਗਰ ਸੁਲੀਵਾ ਨਾਲ ਜੁੜਨਾ ਚਾਹੁੰਦੇ ਤੇ ਅ ਫਿਰ ਮੈਂ ਤੁਹਾਨੂੰ ਅੱਗੇ ਹੁਣੇ ਹੀ ਦੱਸਿਆ ਸੀ ਵੀ ਇਸ ਵੇਲੇ ਅਸੀਂ ਉਧਰ ਨੂੰ ਨਹੀਂ ਐਕਸਪੈਂਡ ਨਹੀਂ ਕਰ ਰਹੇ ਅੱਛਾ ਨਹੀਂ ਮੰਨ ਲਓ ਫ੍ਰੈਂਚਾਈਜ਼ ਵਗੈਰਾ ਕਿਸੇ ਨਹੀਂ ਨਹੀਂ ਵਿਦਨ ਅイヤー অর ਸੋ ਕੰਪਨੀ ਜਦੋਂ ਪਬਲਿਕ ਚਲੇ ਜਾਂਦੀ ਹੈ ਫਿਰ ਜ਼ਰੂਰ ਅਸੀਂ ਕਰਨਾ ਹੀ ਹੈ ਕੰਮ ਸਾਰਾ ਫਿਰ ਉਸ ਸਾਹਬ ਨਾਲ ਜਿਹੜੀ ਉਹ ਹਾਂਜੀ ਕੰਮ ਤਾਂ ਦੇਖੋ ਜੀ ਜੇ 7 8 9 ਮੁਲਕਾਂ ਦੇ ਵਿੱਚ ਹੈਗਾ ਤੇ ਅਮਰੀਕਾ ਦੀਆਂ ਘਟੂਕਾ 8 9 ਸਟੇਟਾਂ ਤੋਂ ਹੋਣੀਆਂ ਚਾਹੀਦੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਬਿਲਕੁਲ ਪਰ ਉਹ ਜੇ ਪਲਾਨ ਹੀ ਉਸਾਰਨ ਕੀਤਾ ਹੈ ਕਿ ਅਸੀਂ ਛੇਤੀ ਮੂਵ ਫਾਰਵਰਡ ਕਰ ਰਹੇ ਹਾਂ ਜੀ ਤੇ ਨੇੜੇ ਤੇੜੀ ਦੀ ਸਟੇਟਸ ਕਿਤੇ ਕੋਈ ਆ ਜੇ ਜੀ ਅਰੀਜ਼ੋਨਾ ਅਰੀਜ਼ੋਨਾ ਲੱਗੇ ਵੀ ਨਹੀਂ ਜੇ ਫਾਰਮਰ ਦੇ ਵਿੱਚ ਉੱਥੇ ਆਪਣੇ ਲੱਗੇ ਜੇ ਲੱਗੇ ਕੋਈ ਸਟੇਟ ਆ ਉੱਥੋਂ ਤੱਕ ਜਿਹੜਾ ਆਪਾਂ ਕੰਮ ਕਰਦੇ ਹਾਂ ਹਾਂ ਅਰੀਜ਼ੋਨਾ ਵਗੈਰਾ ਤੇ ਇਧਰੋਂ ਐਲਏ ਵਗੈਰਾ ਤੁਹਾਡੇ ਜੀ ਹਾਂ ਜੀ ਬਿਲਕੁਲ ਕਾਫੀ ਪ੍ਰੋਡਕਟ ਹੈ ਜੀ ਚਲੋ ਜੀ ਬਹੁਤ ਵਧੀਆ ਗੱਲ ਜਿਹੜੀ ਹੋਈ ਹੈ ਤੇ ਅਖੀਰ ਦੇ ਵਿੱਚ ਜ਼ਰੂਰ ਕੁਝ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਤਾਂ ਜ਼ਰੂਰ ਸੁਨੇਹਾ ਦਿਓ ਅ ਥੈਂਕ ਯੂ ਜੀ ਵੈਰੀ ਮੱਚ ਤੁਸੀਂ ਸੋਲਡਰ ਜਿਹੜਾ ਹੈ ਲੋਨ ਬਾਰੇ ਉਦਾਂ ਮੇਰੇ ਵੱਲੋਂ ਇਹੀ ਹੈ ਕਿ ਜੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਮੈਨੂੰ ਕਾਲ ਕਰ ਸਕਦੇ ਹੋ ਐਨੀ ਟਾਈਮ ਜਦੋਂ ਜੀ ਕਰੇ ਜਿੱਥੋਂ ਜੀ ਕਰੇ ਲੋ ਵਾਲੇ ਪਰ ਇਨਫੋਰਮੇਸ਼ਨ ਲਾਓਗੇ ਤਾਂ ਤੁਹਾਡੇ ਕੰਮ ਆਊਗੀ ਸੋ ਗਿਵ ਮੀ ਕਾਲ ਐਨੀ ਟਾਈਮ ਮੇਰਾ ਨੰਬਰ ਹੈ 95107604275 ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਤੁਹਾਡਾ ਨਾਲ ਦੀ ਨਾਲ ਤੇ ਨਾਲ ਦੀ ਨਾਲ ਸਾਡੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਜਿਹੜੇ ਜੁੜਦੇ ਨੇ ਜਸ ਪੰਜਾਬੀ ਨਾਲ ਤੇ ਤੁਸੀਂ ਕੋਈ ਵੀ ਜਾਣਕਾਰੀ ਚਾਹੀਦੀ ਹੈ ਸਾਡੇ ਕੋਲ ਵੀ ਲੈ ਸਕਦੇ ਹੋ ਇਹਨਾਂ ਦੇ ਨੰਬਰ ਤੇ ਨੰਬਰ ਸਕਰੀਨ ਤੇ ਆ ਵੀ ਰਹੇ ਆ ਤੇ ਐਡ ਵੀ ਕਾਫੀ ਚੱਲਦੀ ਹੈ ਸਾਰੇ ਚੈਨਲਾਂ ਦੇ ਉੱਪਰ ਇਹਨਾਂ ਦੀ ਸੋਖੀਰ ਦੇ ਵਿੱਚ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਤੇ ਜਸਪਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਥੈਂਕ ਯੂ ਮਿਹਰਬਾਨੀ